ਵਿਸ਼ਵ ਪ੍ਰਸਿੱਧ ਆਰਤੀ ਓਮ ਚੈ ਜਗਦੀਸ਼ ਹਰੇ ਦੇ ਰਚੇਤਾ ਮਹਾਨ ਲੇਖਕ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਸ਼ਖਸੀਅਤ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਬੁੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਲੌਰ ਵਿਖੇ ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਰਾਮ ਸ਼ੰਕਰ ਜਿੰਪਾ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਰਾਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਇੱਕ ਮਹਾਨ ਸ਼ਖਸੀਅਤ ਸਨ ਅਤੇ ਸਾਨੂੰ ਮਾਣ ਹੈ ਕਿ ਵਿਸ਼ਵ ਪ੍ਰਸਿੱਧ ਆਰਤੀ ਦੇ ਰਚੇਤਾ ਦਾ ਜਨਮ ਫਿਲੌਰ ਵਿੱਚ ਹੋਇਆ। ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵੱਧ ਤੋਂ ਵੱਧ ਵਿਕਾਸ ਕਰਾਏਗੀ। ਇਸ ਮੌਕੇ ਉਹਨਾਂ ਪੰਜਾਬ ਦੀਆਂ ਉਪਲਬਧੀਆਂ ਦਰਸਾਉਂਦੀ ਰੰਗਲਾ ਪੰਜਾਬ ਕਿਤਾਬ ਵੀ ਰਿਲੀਜ਼ ਕੀਤੀ, ਜਦਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਲਗਾਏ। ਇਸ ਦੌਰਾਨ ਗੁਰਾਇਆ ਸਾਹਿਬ ਤਹਿਸੀਲ ਵਿੱਚ ਚੱਲ ਰਹੇ ਭ੍ਰਿਸ਼ਟਾਚਾਰੀ ਦੇ ਮੁੱਦੇ ਤੇ ਬੋਲਦਿਆਂ ਉਹਨਾਂ ਆਖਿਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਅੰਤ ਵਿੱਚ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ। ਮੈਂ ਤੁਹਾਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਿਭਾ ਦੇ ਚਰਨਾਂ ਦੇ ਵਿੱਚ। ਮੈਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਕੰਮ ਇਤਿਹਾਸ ਲਿਖਿਆ ਹੁੰਦਾ ਓਮ ਜਾ ਜਗਦੀਸ਼ ਸ਼ਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ। ਸਰ, ਦੋ ਦਿਨ ਦਾ ਚੱਲ ਰਿਹਾ ਹੈਗਾ ਕੈਂਪ ਵੀ ਲੱਗ ਰਿਹਾ, ਜਿਵੇਂ ਸੀ ਐੱਮ ਸਾਹਿਬ ਨੇ ਅਨਾਊਂਸ ਵੀ ਕੀਤਾ ਸੀਗਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆਵਾਂ ਸੁਣਨਗੇ, ਚਾਹੇ ਉਹ ਦੁਆਬਾ ਜਾਂ ਮਾਲਵਾ ਮਾਝੇ ਦੀ ਗੱਲ ਹੋਵੇ, ਤਾਂ ਕਹਿੰਦੇ ਇੱਥੇ ਬੈਠ ਸਕੋਗੇ ਤੁਸੀਂ, ਉੱਥੇ ਗਏ ਕਿਹੋ ਜਿਹੀਆਂ ਸਮੱਸਿਆਵਾਂ ਅਤੇ ਕਿਹੋ ਜਿਹੇ ਲੋਕਾਂ ਦੇ ਵਿੱਚ ਰਿਹਾ? ਸੀ ਐੱਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀ ਐੱਮ ਸਾਹਿਬ ਖੁਦ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਵੰਡਣਾ ਬੜਾ ਅੱਛਾ। ਸੀ ਐੱਮ ਸਾਹਿਬ ਨੇ ਖੁਦ ਇਹ ਬੀੜਾ ਚੱਕਿਆ ਔਰ ਕੱਲ੍ਹ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ। ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀ ਐੱਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਸਰ, ਆਉਣ ਵਾਲੀ ਨਗਰ ਕੌਂਸਲ, ਨਗਰ ਨਿਗਮਾਂ, ਬਲੋਕ ਸਮਿਤੀ, ਬਲੋਕ ਪੰਚਾਇਤਾਂ ਜਾਂ ਜਿਹੜੀ ਪੰਚਾਇਤੀ ਚੋਣ ਹੈ, ਕਦੋਂ ਤੱਕ ਸਰਕਾਰ ਕਰਾਉਣ ਜਾ ਰਹੀ ਹੈ? ਕਿਉਂਕਿ ਭੰਗ ਹੋਏ ਨੂੰ ਕਾਫੀ ਟਾਈਮ ਹੋ ਗਿਆ ਜੀ ਲੋਕਾਂ ਦੇ ਕੰਮ ਰੁਕੇ ਵਿਕਾਸ। ਦੇਖੋ, ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ, ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ, ਇਲੈਕਸ਼ਨ ਕੋਡ ਆ ਗਿਆ, ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁਤ ਜਲਦ ਕਰਾਇਆ ਜਾਵੇ। ਅਗਰ ਤੁਸੀਂ ਮੇਰੇ ਅਗਰ ਤੁਹਾਨੂੰ ਕੋਈ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ। ਮੈਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਵੀ ਅਗਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਉਹ ਉਸਨੂੰ ਸਾਨੂੰ ਸਾਡੇ ਕੋਲ ਰਿਟਰਨ ਰੂਪ 'ਚ ਭੇਜੋ। ਕਿਹਨੂੰ ਜੀ? ਬਲਾਕ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਜੀ, ਉਹਨਾਂ ਵੱਲੋਂ ਸਰਕਾਰ ਤੁਹਾਡੇ ਦੁਆਰਾ ਪ੍ਰੋਗਰਾਮ 'ਚ ਡੀ ਸੀ ਸਾਹਿਬ ਆਏ ਸੀ, ਰਿਟਰਨ ਵਿੱਚ ਕੰਪਲੇਂਟ ਵੀ ਕੀਤੀ ਹੈ ਮੈਨੂੰ 4 ਦਿਨ ਪਹਿਲਾਂ ਮਿਲ ਲਿਆ। ਮੈਂ ਡੀ ਸੀ ਸਾਹਿਬ ਨਾਲ ਫਿਰ ਉਸ ਮਾਮਲੇ 'ਚ ਗੱਲ ਕਰਾਂ। ਐਨਓਸੀ ਕਦੋਂ ਤੱਕ ਸਰ? ਐਨਓਸੀ ਦਾ ਮਾਮਲਾ ਦੇਖੋ, ਐਨਓਸੀ ਦਾ ਮਾਮਲਾ ਜਿਹੜਾ ਮਾਨਯੋਗ ਹਾਈਕੋਰਟ ਤੋਂ ਮੈਂ ਪਹਿਲਾਂ ਇਸੇ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੁਣ ਵੀ ਹਾਈਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਭਾਪਰਾ ਐਕਟ ਅੱਜ ਦਾ ਨਹੀਂ ਹੈ, 95 ਤੋਂ ਚੱਲਿਆ ਆ ਰਿਹਾ। 95 ਦਾ ਮੈਟਰ ਆ ਕੇ 2018-2022 'ਚ ਅਸੀਂ ਆਏ ਹਾਂ। ਅਸੀਂ ਉੱਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16,000 ਇਰੈਗੂਲਰ ਕਲੋਨੀਆਂ ਜਿਹੜੀਆਂ ਉਸ ਵੇਲੇ ਜਿਹੜੇ ਕੋਲੋਨਾਈਜ਼ਰ ਹੈ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋਈ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ, ਲੋਕ ਜਦੋਂ ਪੜ੍ਹਦੇ ਉਹਦੇ ਅਸੀਂ ਲੋਕ ਵੀ ਉਹਦੇ 'ਚ ਇੰਨਾ ਕੁ ਕਰਦੇ ਹਾਂ ਵੀ ਸਾਨੂੰ ਕੋਈ ਚੀਜ਼ ਸਸਤੀ ਮਿਲਦੀ ਉਹ ਅਸੀਂ ਲੈ ਲੈਂਦੇ ਹਾਂ, ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਉਂਦੀ ਹੈ ਉਹਦੀ ਡਿਵੈਲਪਮੈਂਟ ਦੀ। ਇਸ ਕਰਕੇ ਹਾਈਕੋਰਟ ਨੇ ਉੱਤੇ ਰੋਕ ਲਾਈ ਹੈ, ਰੈਵਨਿਊ ਡਿਪਾਰਟਮੈਂਟ ਕਿਸੇ ਦੀ ਰਜਿਸਟਰੀ ਨਹੀਂ ਰੋਕਣੀ ਚਾਹੁੰਦਾ।